ਤਲਵੰਡੀ ਸਾਬੋ ਦੇ ਵਿੱਚ ਭਾਰਤੀ ਸਾਂਝੂ ਨੇਕਤਾ ਅਗਰਾਹਾਂ ਨੇ ਕਿਸਾਨਾਂ ਨੂੰ 35 ਤੋਂ 40 ਲੱਖ ਦੇ ਵਿੱਚ ਚੈੱਕ ਦਵਾਏ ਗਏ ਜੋ ਕਿ ਕਿਸੇ ਦਾ ਠੇਕੇ ਵਾਲਾ ਸੀ ਜਾਂ ਕਿਸੇ ਦਾ ਰੋਕ ਲੱਗੀ ਸੀ ਜਾਂ ਕੋਈ ਇਦਾਂ ਦੇ ਕੋਈ ਮਸਲੇ ਸੀਗੇ ਜਿਵੇਂ ਪਿੰਡ ਗਿਆਨਾ ਹੋ ਗਿਆ ਜਾਂ ਚੱਠੇ ਵਾਲਾ ਹੋ ਗਿਆ ਜਾਂ ਕਲਾਲ ਵਾਲੇ ਦੀ ਵੀ ਕੁਛ ਬਣੇ ਹੋਏ ਨੇ ਕੁਛ ਚੈੱਕ ਬਣੇ ਹੋਏ ਨੇ ਕਿਸਾਨਾਂ ਦੇ ਉਹਨਾਂ ਤੱਕ ਵੀ ਇਹ ਮੈਸੇਜ ਪਹੁੰਚਾਇਆ ਜਾਊਗਾ ਪਰ ਅੱਜ 35-40 ਲੱਖ ਦੇ ਚੈੱਕ ਹੈ ਜਿਹੜੇ ਉਹ ਭਾਰਤੀ ਸਾਂਝੂ ਏਕਤਾ ਅਗਰਾਹਾਂ ਬਲਾਕ ਤਲਵੰਡੀ ਸਾਬੋ ਨੇ ਦਵਾਏ ਗਏ ਹੈ ਪਰ ਨਾਲ ਗੱਲ ਇਹ ਵੀ ਹੈ ਵੀ ਜਦੋਂ ਸ਼ਾਮ ਨੂੰ ਚੈੱਕ ਸਵੇਰ ਤੋਂ ਲੈ ਕੇ ਪਟਵਾਰੀਆਂ ਨਾਲ ਤਾਲਮੇਲ ਕਰਕੇ ਚੈੱਕ ਬਣਵਾਏ ਸੀ ਪਰ ਨਾਲ ਜਦੋਂ ਤਹਿਸੀਲਦਾਰ ਸਾਹਿਬ ਜਾਣ ਲੱਗੇ ਪਟਵਾਰੀਆਂ ਨੇ ਕਿਹਾ ਵੀ ਤਹਿਸੀਲਦਾਰ ਸਾਹਿਬ ਸਾਡੇ ਚੈੱਕ ਸਾਈਨ ਕਰ ਜੋ ਪਰ ਤਹਿਸੀਲਦਾਰ ਸਾਹਿਬ ਨੇ ਮਨਾ ਕਰਤਾ ਤੇ ਫੇਰ ਕਿਸਾਨਾਂ ਨੇ ਜੋ ਤੜਕੇ ਤੋਂ ਕਿਸਾਨ ਭੱਜ ਦੌੜ ਕਰ ਰਹੇ ਸੀ ਉਹਨਾਂ ਨੇ ਆ ਕੇ ਤਹਿਸੀਲਦਾਰ ਸਾਹਿਬ ਦੀ ਗੱਡੀ ਰੋਕ ਲਈ ਤਾਂ ਗੱਡੀ ਰੋਕਣ ਤੋਂ ਬਾਅਦ ਤਕਰੀਬਨ ਇੱਕ ਘੰਟਾ ਦੀ ਜੱਦੋਜਹਿਦ ਤੋਂ ਬਾਅਦ ਫੇਰ ਤਹਿਸੀਲਦਾਰ ਨੇ 35 ਤੋਂ 40 ਲੱਖ ਰੁਪਏ ਦੇ ਚੈੱਕ ਸਾਈਨ ਕੀਤੇ ਜਿਹੜੇ ਕਹਿੰਦਾ ਸੀ ਕਹਿੰਦਾ ਜੀ ਮੈਂ ਏ ਰੋਲ ਦੇ ਚੈੱਕ ਕਰਾਂਗਾ ਪਰ ਜਦੋਂ ਤਹਿਸੀਲਦਾਰ ਸਾਹਿਬ ਦਾ ਘਰਾਓ ਹੋ ਗਿਆ ਫਿਰ ਸਾਰਾ ਕੁਛ ਨਾਲ ਦੀ ਨਾਲ ਹੋ ਗਿਆ ਕਾਰਨ ਇਹ ਹੈ ਵੀ ਜਿਹੜੇ ਸਾਡੇ ਪਿੰਡਾਂ ਵਾਲੇ ਲੋਕ ਹੈ ਜਾਂ ਜਿਹੜੇ ਜਥੇਬੰਦੀ ਵਿੱਚ ਨਹੀਂ ਚੱਲਦੇ ਜਾਂ ਜਥੇਬੰਦੀ ਤਰੀਕੇ ਮਤਲਬ ਨਹੀਂ ਜਾਣਦੇ ਉਹ ਇੱਥੇ ਇਕੱਲੇ ਇਕੱਲੇ ਆਉਂਦੇ ਆ ਉਹ ਵਾਪਸ ਚਲੇ ਜਾਂਦੇ ਆ ਪਰ ਉਹ ਕਈ ਵਾਰ ਗਲਤ ਬੰਦਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਆ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਇਹੀ ਬੇਨਤੀ ਹੈ ਵੀ ਭਰਾਵੋ ਇਕੱਠੇ ਹੋ ਜਾਓ ਜਥੇਬੰਦਕ ਹੋ ਜਾਓ ਜਥੇਬੰਦਕ ਤਰੀਕੇ ਨਾਲ ਹਰ ਇੱਕ ਮੁਸ਼ਕਲ ਦਾ ਆਪਾਂ ਹੱਲ ਕਰ ਸਕਦੇ ਹਾਂ ਜਥੇਬੰਦੀ ਦੇ ਜ਼ੋਰ ਤੇ ਲੋਕਾਂ ਦੇ ਜ਼ੋਰ ਤੇ ਹਰ ਇੱਕ ਹੱਲ ਹੋ ਸਕਦਾ ਹੈ ਪਰ ਜਿਹੜੇ ਇਕੱਲੇ ਇਕੱਲੇ ਸਾਡੇ ਕਿਸਾਨ ਮਜ਼ਦੂਰ ਖੱਜਲ ਖੁਆਰ ਹੋ ਰਹੇ ਕਚਹਿਰੀਆਂ ਦੇ ਵਿੱਚ ਉਹਨਾਂ ਨੂੰ ਬੇਨਤੀ ਹੈ ਵੀ ਭਰਾਵੋ ਜਥੇਬੰਦੀ ਨਾਲ ਜੁੜ ਕੇ ਆਪਾਂ ਹਰ ਇੱਕ ਕੰਮ ਆਪਣਾ ਹੁੰਦਾ ਇਸ ਕਰਕੇ ਅੱਜ ਭਾਰਤੀ ਸਾਂਝੂ ਏਕਤਾ ਅਗਰਾਹਾਂ ਨੇ ਇੱਕ ਬਹੁਤ ਵਧੀਆ ਇੱਕ ਕਦਮ ਜਿਹੜਾ ਇੱਕ ਕਿਸਾਨਾਂ ਮਜ਼ਦੂਰਾਂ ਵਾਸਤੇ ਚੱਕਿਆ ਇਸ ਕਰਕੇ ਆਸ ਕਰਦੇ ਤੁਹਾਨੂੰ ਵੀ ਵਧੀਆ ਲੱਗੂਗਾ ਭਾਰਤੀ ਸਾਂਝੂ ਏਕਤਾ ਅਗਰਾਹਾਂ ਜਿੰਦਾਬਾਦ ਭਾਰਤੀ ਸਾਂਝੂ ਏਕਤਾ ਅਗਰਾਹਾਂ ਜਿੰਦਾਬਾਦ ਠੀਕ ਹੈ ਜੀ।